ਮੈਂ ਕਪੂਰਥਲੇ ਦੇ ਰਹਿਣ ਵਾਲੀ ਆ ਤੇ ਸੁਲਤਾਨਪੁਰ ਸਾਡੇ ਸਹੁਰੇ ਆ। ਕੀ ਨਾਮ ਤੁਹਾਡਾ? ਮੇਰਾ ਰਜਨੀ, ਵਾਈਫ ਆਫ ਦੀਪਕ ਕੁਮਾਰ। ਤੇ ਘਟਨਾ ਮੇਰੇ ਦੇਵਰ ਨੂੰ ਹੁਣੇ ਅਸੀਂ ਆਏ ਸੀਗੇ ਫੰਕਸ਼ਨ ਤੋਂ ਸੁਲਤਾਨਪੁਰ, ਤੇ ਖਾਣਾ ਰੱਖਣ ਆਏ ਤੇ ਸਿਲੰਡਰ, ਤੇ ਓਦਾਂ ਹੀ ਉਹ ਤਿੰਨ ਪੰਜ ਜਣੇ ਮੁੰਡੇ ਨਾ ਗੱਡੀ ਵਿੱਚ ਇਹਦੀ ਰੈਕਿੰਗ ਕਰਨ ਲੱਗ ਪਏ। ਮੈਨੂੰ ਪਤਾ ਲੱਗਾ ਕਿ ਮੈਨੂੰ ਉਹ ਗੱਡੀ ਵਿੱਚ ਵਾ, ਕਹਿੰਦੇ ਵੀ ਭਾਬੀ ਉਹਨਾਂ ਨੂੰ ਛੱਡੋ, ਤੁਸੀਂ ਰੋਟੀ ਰੋਟੀ ਰੱਖੋ, ਪਾਪਾ ਦਾ ਸਿਲੰਡਰ ਰੱਖ ਦੋ। ਅਸੀਂ ਸਿਲੰਡਰ ਰੱਖ ਕੇ ਗਏ ਤੇ ਇਹਦਾ ਲਾਸਟ ਹੀ ਮੈਨੂੰ ਫੋਨ ਆਇਆ, ਭਾਬੀ ਛੇਤੀ ਘਰ ਚੱਲੋ, ਤੁਸੀਂ ਇਕੱਲੇ ਆ ਨਾਲ ਬੇਟਾ ਛੋਟਾ ਵਾ, ਤੇ ਤੁਸੀਂ ਆਰਾਮ ਨਾਲ ਪਹੁੰਚੋ। ਕਹਿੰਦਾ ਵੀ ਪਿੱਛੇ ਮੈਨੂੰ ਖਤਰਾ ਲੱਗਣ ਡਿਆ ਵਾ। ਜਾਨੂੰ ਉਸ ਤੋਂ ਬਾਅਦ ਇਹਦਾ ਫੋਨ ਚੱਕਿਆ ਨੀ, ਨਾਲ ਹੀ ਉਹ ਪੰਜ ਜਣੇ ਮੁੰਡੇ ਇਹਦੇ ਨਾਲ ਸਾਰੇ ਇਹਦੇ ਮਗਰ ਲੱਗ ਗਏ। ਔਰ ਇਹ ਵੈਸੇ ਵੀ ਇਹਦੀ ਆਵਾਜ਼ ਬੰਦ ਹੋ ਗਈ, ਫੋਨ ਮੈਨੂੰ ਚੱਕਿਆ ਹੀ ਨੀ, ਤੇ ਮੈਨੂੰ ਟੈਨਸ਼ਨ ਹੋ ਗਈ ਵੀ ਫੋਨ ਕਿਉਂ ਨੀ ਚੱਕ ਰਿਹਾ। ਤੇ ਦੋ ਮੁੰਡੇ ਜਿਹੜੇ ਇਹਦੇ ਨਾਲ ਸੀ ਉਹਨਾਂ ਦੇ ਕਾਫੀ ਪੇਟ ਪੂਟ ਚ ਕਰਚਾ ਮਾਰੀਆਂ ਉਹਨਾਂ ਨੇ, ਤੇ ਉਹ ਡਿੱਡੀ ਮਿੰਡੀ ਪਹੁੰਚ ਗਏ ਮੇਰੇ ਤੋਂ ਪਹਿਲਾਂ, ਕਿਉਂਕਿ ਮੈਂ ਐਕਟਿਵਾ ਤੇ ਸੀ, ਉਹ ਮੋਟਰਸਾਈਕਲ ਤੇ ਸੀ। ਇਹ ਪਿੱਛੇ ਹੀ ਉਹਨਾਂ ਨੇ ਸਿੱਟ ਲਿਆ ਮੰਡੀ ਵਿੱਚ, ਸੁਲਤਾਨਪੁਰ ਮੰਡੀ ਚ, ਤੇ ਇਹਦੇ ਪਿੱਛੇ ਦਾ ਵੀ ਵਾਰ ਕਰਕੇ ਕਿਰਚਾ ਮਾਰੀਆਂ ਔਰ ਉਹਨਾਂ ਨੂੰ ਧਮਕੀ ਭਰੀਆਂ। ਇਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ, ਅੱਜ ਤੋਂ ਹਫ਼ਤਾ ਕੁ ਪਹਿਲਾਂ। ਮੈਂ ਇਹਨਾਂ ਨੂੰ ਹਫ਼ਤਾ ਕੁ ਰੋਕਿਆ, ਮੈਂ ਕਿਹਾ ਕੋਈ ਨੀ ਪੁੱਤ, ਜੇ ਸਾਨੂੰ ਕੁਛ ਕਹਿੰਦੇ ਕੋਈ ਗੱਲ ਨੀ, ਪਰ ਆਪਾਂ ਨੇ ਕਿਸੇ ਨਾਲ ਹੀ ਲੜਨਾ ਹੁਣ, ਬਸ ਠੀਕ ਆ, ਖਤਮ ਹੋ ਗਈ ਕਹਾਣੀ, ਅਸੀਂ ਕਿਸੇ ਨਾਲ ਲੜਨਾ ਨੀ। ਉਹਨਾਂ ਨੇ ਇਹ ਕਿਹਾ ਕਿ ਅਸੀਂ ਤੈਨੂੰ ਜਾਨੋਂ ਮਾਰਾਂਗੇ ਔਰ ਤੈਨੂੰ ਛੱਡਣਾ ਨੀ, ਨੰਨੂ ਨੂੰ ਤੇ ਬੰਟੀ ਨੂੰ ਜਿਹੜਾ ਨਾਮ ਅਜੇ ਕੁਮਾਰ ਆ, ਦੋਨਾਂ ਨੂੰ। ਉਹਦੇ ਵੀ ਪੇਟ ਚ ਗਿਰਚਾ ਮਾਰੀਆਂ ਔਰ ਇਹਨੂੰ ਤਾਂ ਖਤਮ ਹੀ ਕਰਕੇ ਮੰਡੀ ਚ ਸਿੱਟ ਦਿੱਤਾ ਜੀ। ਇਸ ਤੋਂ ਪਹਿਲਾਂ ਕਿੰਨੇ ਚਿਰ ਪਹਿਲਾਂ ਲੜਾਈ ਹੋਈ ਸੀ ਇਹਨਾਂ ਦੀ? ਇਹਨਾਂ ਦੀ ਅੱਜ ਤੋਂ ਮਹੀਨਾ, ਹਾਂਜੀ ਮਹੀਨੇ ਦੇ ਵਿੱਚ ਤਿੰਨ ਵਾਰੀ। ਵਜ੍ਹਾ ਰੰਜਿਸ਼ ਹੈ ਕੀ ਸੀ ਇਹਨਾਂ ਦੀ? ਵਜ੍ਹਾ ਰੰਜਿਸ਼ ਮੁੱਲੇ ਚ ਹੀ ਹੈ ਜੀ, ਸਿਰਫ ਇਹਦੀ ਹੁਣ ਵਧੀਆ ਪਾਉਂਦਾ ਖਾਂਦਾ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਨੂੰ ਇਹ ਆ ਵੀ ਮੁੱਲੇ ਦੇ ਨੌਜਵਾਨ ਪੰਜ ਮੁੰਡੇ ਆ ਜੀ, ਇੱਕ ਕਾਈ, ਇੱਕ ਲੱਲਾ, ਲੱਲੇ ਦਾ ਭਰਾ ਦਾ ਨਾਮ ਨਵੀਨ, ਗੌਤਮ ਤੇ ਗਗਨ ਬਾਬਾ। ਇਹ ਬਾਕੀ ਦਿੰਦੇ ਸੀ ਕਸ਼ੀ ਸੁਣੀ ਉਹਨੂੰ ਧਮਕੀਆਂ, ਵੇ ਤੈਨੂੰ ਮਾਰ ਦੇਣਾ, ਰਿਕਾਰਡਿੰਗ ਆਉਂਦੀਆਂ ਸਾਡੇ ਕੋਲ। ਮਤਲਬ ਪੰਜ ਸੱਤ ਨੌਜਵਾਨ? ਹਾਂਜੀ ਹਾਂਜੀ, ਉਹਨਾਂ ਨੇ ਮੇਰਾ ਪੁੱਤ ਮਾਰਤਾ। ਹੋਰ ਕੀ ਮੰਗ ਕਰਦੇ ਹੋ? ਅਸੀਂ ਇਨਸਾਫ ਚਾਹੁੰਦੇ ਆ ਜੀ, ਸਾਡਾ ਪੁੱਤ ਚਲਾ ਗਿਆ, ਸਾਨੂੰ ਇਨਸਾਫ ਚਾਹੀਦਾ ਵਾ, ਕਿਉਂਕਿ ਅਸੀਂ ਪੁਲਿਸ ਕੋ ਪਹਿਲਾਂ ਹੀ ਇਹਦੀ ਕੰਪਲੇਂਟ ਦਿੱਤੀ ਹੋਈ ਸੀ, ਪਰਚਾ ਕਰਾਇਆ ਹੋਇਆ ਸੀਗਾ। ਸੀ ਸਿਆਸਤ ਵਿੱਚ ਵੀ ਪੈਰ ਰੱਖਦਾ ਸੀ ਮੁੰਡਾ? ਹਾਂਜੀ ਇਹ ਜੀ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਵਿੱਚ ਵੀ ਇਹਨਾਂ ਕਾਫੀ ਸੀਗਾ, ਮੁੰਡਿਆਂ ਨਾਲ ਪ੍ਰਧਾਨ ਸੀਗਾ, ਇਹਦੀ ਬਹੁਤ ਵਧੀਆ ਸਭ ਨਾਲ ਬਣੀ ਹੋਈ ਸੀਗੀ। ਪਰ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਵਿੱਚ ਹੀ, ਪਤਾ ਨੀ ਇਹਨਾਂ ਨੇ ਮਤਲਬ ਕੀ ਉਹਨੂੰ ਧਮਕੀਆਂ ਜੇ ਵੋ, ਉਹਦੇ ਹੱਥ ਤੇ ਕੱਟ ਦਿੱਤਾ। ਅਸੀਂ ਉਹਦਾ ਆਪਰੇਸ਼ਨ ਕਰਾਇਆ ਹੱਥ ਦਾ, ਫਿਰ ਇਹਨੂੰ ਮੈਂ ਕਿਹਾ ਤੂੰ ਰੈਸਟ ਕਰ, ਕੋਈ ਗੱਲ ਨੀ ਬਾਅਦ ਚ ਦੇਖੀ ਜਾਊਗੀ। ਬਟ ਉਹਨਾਂ ਨੇ ਕਿਹਾ, ਇਹਨੂੰ ਧਮਕੀਆਂ ਫੋਨ ਤੇ ਭੇਜਦੇ ਸੀ, ਅਸੀਂ ਤੈਨੂੰ ਮਾਰ ਦੇਣਾ, ਅਸੀਂ ਤੈਨੂੰ ਮਾਰ ਦੇਣਾ। ਅੱਜ ਨਨਾਣਕਾਰ ਫੰਕਸ਼ਨ ਸੀ, ਅਸੀਂ ਸੁਲਤਾਨਪੁਰ ਆ ਗਏ, ਅਸੀਂ ਇਹਦੇ ਡੈਡੀ ਨੂੰ ਰੋਟੀ ਦੇਣੀ ਆਏ ਜੀ। ਹੋਰ ਸਾਨੂੰ ਬਾਰ ਆਏ ਪਹਿਲੇ ਦਿਨ ਹੀ ਸਾਡੇ ਮਗਰ? ਹਾਂਜੀ ਨਹੀਂ ਦੋ ਵਾਰੀ ਆਏ, ਬਟ ਇਹ ਮਗਰ ਲੱਗਦੇ ਸੀ ਨਾ, ਤੇ ਇਹ ਮਤਲਬ ਗੇੜੇ ਕਰਦੇ ਮੇਰੇ ਵੀ ਆਲੇ ਦੁਆਲੇ। ਅੱਜ ਇੱਕ ਜੀ ਦਾਣਾ ਮੰਡੀ ਜਿਹੜੀ ਸੁਲਤਾਨਪੁਰ ਆ, ਉੱਥੇ ਹਨੀ ਕੁਮਾਰ ਤੇ ਉਹਦਾ ਇੱਕ ਦੋਸਤ ਅਜੇ ਕੁਮਾਰ ਤੇ ਜਿਹੜਾ ਇਹ ਤਿੰਨੇ ਜਣੇ ਜਿਹੜੇ ਹੈਗੇ ਸੀ ਸੈਦਾ ਮਹੱਲੇ ਦੇ ਰਹਿਣ ਵਾਲੇ ਨੇ, ਤੇ ਇਹ ਜਦੋਂ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇਹਨਾਂ ਦੇ ਉੱਤੇ ਪੁਰਾਣੀ ਹੀ ਇਹਨਾਂ ਦੀ ਇੱਕ ਲੜਾਈ ਝਗੜਾ ਹੋਇਆ ਸੀ ਪਹਿਲਾਂ ਵੀ, ਤੇ ਉਹ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ, ਉਹ ਵੀ ਜਿਹੜੇ ਸੈਦਾ ਮਹੱਲੇ ਦੇ ਨੇ, ਜਿਹਦੇ ਵਿੱਚ ਜਿਹੜਾ ਹੈਗਾ ਆ ਹਨੀ ਕੁਮਾਰ ਉਹਦੀ ਮੌਕੇ ਤੇ ਮੌਤ ਹੋ ਗਈ ਆ, ਤੇ ਜਿਹੜੇ ਦੂਜੇ ਦੋਨੇ ਹੈਗੇ ਨੇ ਅਜੇ ਤੇ ਜਿਹੜਾ ਹੈਗਾ ਅਮਨਪ੍ਰੀਤ ਸਿੰਘ, ਉਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਉਹ ਸਿਵਲ ਹਸਪਤਾਲ ਜਿਹੜੇ ਕਪੂਰਥਲਾ ਦਾਖਲ ਨੇ। ਇਹਦੇ ਚ ਅਸੀਂ ਹੁਣ ਇਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਜਿਹੜਾ ਹੈਗਾ ਆ ਉਹ ਕੇਸ ਰਜਿਸਟਰ ਕਰ ਰਹੇ ਹਾਂ। ਜਿਹੜੇ ਦੋਸ਼ੀ ਉਹਨਾਂ ਨੂੰ ਫੜ ਲਈ ਵੀ ਅਸੀਂ ਪੁਲਿਸ ਪਾਰਟੀਆਂ ਲਾਤੀਆਂ ਨੇ, ਆਸਿਆ ਅਸੀਂ ਇਹਨਾਂ ਨੂੰ ਰਾਤੋਂ ਰਾਤ ਗ੍ਰਿਫਤਾਰ ਕਰ ਲਾਂਗੇ। ਦੱਸਿਆ ਜਾ ਰਿਹਾ ਕਿ ਜਿਹੜਾ ਨੌਜਵਾਨ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਸੀ, ਦੱਸ ਰਹੇ ਨੇ ਜੀ ਵੀ ਇਹ ਹੈਗੇ ਨੇ ਬੀਜੇਪੀ
ਇਹਦਾ ਕੋਈ ਹੈਗੇ ਨੇ ਯੂਥ ਪ੍ਰਧਾਨ ਹੈਗੇ ਨੇ। ਮਰਡਰ ਤਾਂ ਕਿਸੇ ਦਾ ਵੀ ਹੁੰਦਾ ਤਾਂ ਉਹਦਾ ਸਾਨੂੰ ਸੀਰੀਅਸ ਹੋ ਕੇ ਲੈਣਾ ਹੀ ਪੈਂਦਾ। ਅਸੀਂ ਇਸ ਕਰਕੇ ਜਲਦੀ ਹੀ ਇਹਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜ ਦਾਂਗੇ।